ਹਾਂਜੀ, ਅੱਜ ਤਰੀਕ ਹੈ 24 ਜੂਨ, ਸਮਾਂ ਸ਼ਾਮ 7 ਵਜੇ, ਅਤੇ ਆਪਾਂ ਦਰਸ਼ਨ ਕਰਨ ਚੱਲੇ ਹਾਂ ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ ਸੰਗਰੂਰ। ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ਲਗਭਗ 6 ਕਿਲੋਮੀਟਰ ਦੀ ਆ, ਅਤੇ ਆ ਜਾਓ, ਤੁਹਾਨੂੰ ਦਰਸ਼ਨ। ਲਓ ਜੀ, ਗੁਰਦੁਆਰਾ ਸਾਹਿਬ ਅਸੀਂ ਪਹੁੰਚ ਚੁੱਕੇ ਹਾਂ, ਅਤੇ ਗੱਡੀ ਅੰਦਰ ਪਾਰਕ ਕਰਕੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਅੱਜ। ਲਓ ਜੀ, ਅਸੀਂ ਗੁਰਦੁਆਰਾ ਸਾਹਿਬ ਦੀ ਐਂਟਰੀ 'ਤੇ ਆ ਗਏ ਹਾਂ ਜੀ। ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਤੋਂ ਬਾਅਦ ਇਹ ਦੇਖੋ ਪਵਿੱਤਰ ਸਰੋਵਰ ਦਾ ਸੋਹਣਾ ਦ੍ਰਿਸ਼, ਅਤੇ ਆ ਜਾਓ ਆਪਾਂ ਅੰਦਰ ਮੱਥਾ ਟੇਕਦੇ ਹਾਂ। ਅਤੇ ਆ ਜਾਓ ਜੀ, ਤੁਹਾਨੂੰ ਇੱਕ ਦਰਸ਼ਨ ਕਰਾਉਂਦੇ ਹਾਂ। ਇੱਥੇ ਕਰੀਰ ਦਾ ਦਰਖਤ ਹੈ, ਜਿੱਥੇ ਕਿ 1616 ਈਸਵੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ, ਅਤੇ ਉਹਨਾਂ ਨੇ ਆਪਣਾ ਘੋੜਾ ਇਸ ਦਰਖਤ ਨਾਲ ਬੰਨਿਆ ਸੀ, ਅਤੇ ਇਸਦਾ ਇਤਿਹਾਸ ਵੀ ਇੱਥੇ ਲਿਖਿਆ ਹੋਇਆ ਹੈ, ਅਤੇ ਜਿਸ ਨੂੰ ਤੁਸੀਂ ਆਪ ਪੜ੍ਹ ਸਕਦੇ ਹੋ ਇਹ ਵੀਡੀਓ ਦੇ ਵਿੱਚ।
ਗੁਰਦੁਆਰਾ ਸਾਹਿਬ ਦੇ ਬਾਹਰ ਦੇ ਦਰਸ਼ਨ ਕਰੋ ਜੀ। ਬਹੁਤ ਹੀ ਸੋਹਣੀ ਬਿਲਡਿੰਗ ਹੈ ਅਤੇ ਬਹੁਤ ਹੀ ਸੋਹਣਾ ਦ੍ਰਿਸ਼ ਤੁਹਾਡੇ ਸਾਹਮਣੇ। ਪਵਿੱਤਰ ਸਰੋਵਰ, ਬਹੁਤ ਹੀ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਮਨ। ਤੁਸੀਂ ਵੀ ਕਦੇ ਸੰਗਰੂਰ ਆਓ ਤਾਂ ਇਸ ਸਥਾਨ 'ਤੇ ਦਰਸ਼ਨ ਜ਼ਰੂਰ ਕਰਕੇ ਜਾਇਓ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ, ਬਹੁਤ ਬਹੁਤ ਧੰਨਵਾਦ।